ਬੇੜੀ ਦਾ ਪੂਰ ਤੇ ਤਰੰਜਣ ਦੀਆਂ ਕੁੜੀਆਂ ਦੂਜੀ ਵਾਰੀ ਵਾਧਾ ਇਕੱਠੇ ਨਹੀਂ ਹੁੰਦੇ। ਇਹ ਇੱਕ ਪੰਜਾਬੀ ਅਖਾਣ ਹੈ, ਇਹਦੇ 'ਤੇ ਅੱਜ ਅਸੀਂ ਇਨਸ਼ਾਅੱਲਾ ਗੱਲ ਕਰਸਾਂਗਾ। ਪਰ ਇਹਦੇ ਨਾਲ ਮੈਂ ਇਹ ਗੱਲ ਕਰਦਾ ਜਾਵਾਂ ਕਿ ਸਾਡਾ ਕੋਈ ਰਿਸਰਚ ਵਾਲਾ ਕੰਮ ਕੋਈ ਨਹੀਂ, ਖਾਸ ਉਹ ਗੱਲਾਂ ਅਸੀਂ ਲੈ ਕੇ ਆਉਂਦੇ ਹਾਂ ਜਿਹੜੀਆਂ ਬਾਬਿਆਂ ਕੋਲੋਂ ਸੁਣੀਆਂ, ਪੰਜਾਬ ਦੇ ਦਾਰਿਆਂ ਅਤੇ ਚੁਪਾਲਾਂ ਵਿੱਚ ਹੁੰਦੀਆਂ, ਉਹ ਗੱਲਾਂ ਕਰਦੇ ਹਾਂ। ਇਸ ਵਾਸਤੇ ਇਹ ਗੱਲਾਂ ਸੁਣਨ ਵਾਸਤੇ ਇੱਕ ਤਾਂ ਸਾਡਾ ਪੰਜਾਬੀ ਚੈਨਲ ਪੰਜਾਬ ਵਸੇ ਇਹ ਸਬਸਕ੍ਰਾਈਬ ਕਰੋ, ਟੱਲੀ ਵਾਲਾ ਬਟਨ ਮੰਡੋ, ਅਤੇ ਨਾਲ ਹੀ ਇਹ ਜਿਹੜੀ ਗੱਲ ਅਸਾਂ ਇਹ ਅਖਾਣ ਬੋਲਿਆ ਹੈ ਕਿ ਬੇੜੀ ਦਾ ਪੂਰ ਅਤੇ ਤਰੰਜਣ ਦੀਆਂ ਕੁੜੀਆਂ ਇਹ ਵੱਧ ਇਕੱਠੇ ਨਹੀਂ ਹੁੰਦੇ, ਇਹਨੂੰ ਬਲ ਆਪਣੇ ਆਪਣੇ ਜ਼ਿਹਨ ਨਹੀਂ ਸੋਚੋ ਖਾਂ ਅਤੇ ਵੱਧ ਤੇ ਤਾਂ ਗੱਲ ਕਰਦੇ ਹਾਂ ਮੈਂ ਇਹ ਕੀ ਗੱਲ। ਅਤੇ ਇਸ 'ਤੇ ਗੱਲ ਕਰਦੇ ਹਾਂ, ਇੱਕ ਤਾਂ ਪਿਛਲੀ ਵੀਡੀਓ ਵਿੱਚ ਅਸਾਂ ਗੱਲ ਕੀਤੀ ਘੋੜੀ ਦੀ ਕਿ ਸਾਡੀ ਪੰਜਾਬ ਦੇ ਵਿੱਚ ਜਿਹੜੀ ਬੜੀ ਚੋਖੀ ਵਰਤੀ ਜਾਣ ਵਾਲੀ ਸਵਾਰੀ ਆਈ ਉਹ ਘੋੜੀ ਆਈ, ਅਤੇ ਇਸ ਵਾਸਤੇ ਘੋੜੀ ਦੇ ਨਾਲ ਰਲੀਆਂ ਸਾਡੇ ਵਸੇਬ ਦੀਆਂ ਢੇਰ ਸਾਰੀਆਂ ਗੱਲਾਂ ਹੈ। ਇਵੇਂ ਹੀ ਅੱਜ ਪੰਜਾਬ ਦੀ ਇੱਕ ਹੋਰ ਸਵਾਰੀ ਜਿੱਦਾਂ ਸਾਡੇ ਪੰਜਾਬ ਕਲਚਰ ਦੇ ਵਿੱਚ ਬੜਾ ਅਮਲ ਦਖਲ ਲਈ ਉਹ ਬੇੜੀ ਆਈ, ਅਤੇ ਇਵੇਂ ਬੇੜੀ ਦੇ ਹਵਾਲੇ ਦੇ ਨਾਲ ਬੜੀਆਂ ਢੇਰ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹਨ। ਸਾਡੀ ਸੋਝ ਸਿਆਣਪ ਦੀਆਂ ਬੜੀਆਂ ਚੋਖੀਆਂ ਗੱਲਾਂ ਬੇੜੀ ਨਾਲ ਰਲਦੀਆਂ ਹਨ, ਬੇੜੀ ਤੋਂ ਇਹ ਗੱਲਾਂ ਨਿਕਲੀਆਂ ਹਨ। ਜਿਵੇਂ ਬੇੜੀ ਦੀ ਇੱਕ ਗੱਲ ਕਰਦੇ ਹਾਂ ਕਿ ਮੱਲਾਂ ਦੇ ਹੁੱਕੇ ਸੁੱਕੇ ਰਹਿੰਦੇ ਨੇ, ਇਹ ਸੁਡੀਕ ਹੈ ਕਿ ਹੁਣੇ ਪਾਣੀ ਗੱਤ ਲੈਂਦੇ ਹਾਂ ਪਾਣੀ ਦੇ ਕੋਲ, ਅਤੇ ਉਹਨਾਂ ਦੇ ਹੁੱਕੇ ਜਿਹੜੇ ਲੋਕ ਚੌਖੀ ਵਾਰੀ ਪਾਣੀ ਗੱਤਣ ਤਾਂ ਰਹਿ ਪੈਂਦੇ, ਔਰ ਇਵੇਂ ਹੀ ਬੇੜਾ ਬੁੱਢ ਜਾਵੀ ਜਾਂ ਬੇੜਾ ਤਰ ਜਾਵੀ ਇਹ ਬੜਾ ਚੌਖਾ ਅਖਾਣ ਬੋਲਿਆ ਪੈਂਦਾ। ਅਤੇ ਬਹੁਤ ਸਾਰੀਆਂ ਇੰਝ ਦੀਆਂ ਗੱਲਾਂ ਜਿਹੜੀਆਂ ਬੇੜੀ ਦੇ ਨਾਲ ਰਲੀਆਂ, ਜਿਵੇਂ ਤੇਰੀ ਹੁਣ ਬੇੜੀ ਕੱਪੜਾਂ ਨੂੰ ਵੀ ਪਾਉਂਦੀ ਆ, ਤੇਰੀ ਬੇੜੀ ਆਹੂਆਂ ਨੂੰ ਵੀ ਪਾਉਂਦੀ ਆ, ਇੰਝ ਦੀਆਂ ਬੜੀਆਂ ਢੇਰ ਸਾਰੀਆਂ ਗੱਲਾਂ ਬੇੜੀ ਦੇ ਨਾਲ ਬਣੀਆਂ ਹੋਈਆਂ ਹਨ। ਦੋ ਬੇੜੇ ਬੜੇ ਮਸ਼ਹੂਰ ਵੀ ਹੋਏ ਨੇ, ਇੱਕ ਜਨਾਬ ਨਬੀ ਦਾ ਬੇੜਾ, ਉਹਦੀ ਬੜੀ ਸ਼ੋਹਰਤ ਹੈ, ਬੜੀ ਮਸ਼ਹੂਰੀ ਹੈ, ਬੜੀਆਂ ਗੱਲਾਂ ਹਨ। ਅਤੇ ਦੂਜਾ ਲੁੱਡਨ ਮਲਾਹ ਦਾ ਬੇੜਾ, ਲੁੱਡਨ ਮਲਾਹ ਉਹ ਮਲਾਹ ਹੈ ਜਿਹੜਾ ਮੀਆਂ ਰਾਂਝਾ ਜਦੋਂ ਤਖ਼ਤ ਅਜ਼ਾਰਿਓ ਟੁਰਿਆ ਅਤੇ ਜੰਗ ਵਹਿਣਾ ਸੂਚਨਾ ਉਸ ਪਾਰ ਕਰਨਾ ਸੀ, ਅਤੇ ਲੁੱਡਨ ਮਲਾਹ ਦੇ ਉਹ ਤਰਲੇ ਲਵੇ ਕਿ ਮੈਨੂੰ ਪਾਰ ਟਪਾ, ਅਤੇ ਉਹ ਪਾਰ ਨਹੀਂ ਟਪੈਂਦਾ, ਉਹ ਇੱਕ ਉਹ ਉਹਦੀ ਗੱਲ ਬੜੀ ਮਸ਼ਹੂਰ ਹੈ। ਪਰ ਅਸਾਂ ਜਿਹੜੀ ਗੱਲ ਕਰਨੀ ਹੈ ਅੱਜ ਉਹ ਹੈ ਕਿ ਬੇੜੀ ਦਾ ਪੂਰ ਵੱਧ ਦੂਜੀ ਵਾਰੀ ਨਹੀਂ ਭਰੀਦਾ। ਔਰ ਹਾਂ, ਇੱਕ ਹੋਰ ਵਿੱਚ ਗੱਲ ਯਾਦ ਆ ਗਈ ਹੈ, ਇੱਕ ਬੇੜੀ ਦੇ ਹਵਾਲੇ ਦੇ ਨਾਲ ਇਹ ਬੜੀ ਗੱਲ ਕੀਤੀ ਪੈਂਦੀ ਹੈ, ਆ ਰੌਣਕਾਂ ਵਾਲੀ ਸ਼ੁਗਲਾਂ ਵਾਲੀ ਗੱਲ, ਕਿ ਜਿਹੜੇ ਬੇੜੀ ਦੇ ਕੁਝ ਅਸੂਲ ਹਨ ਉਹਨਾਂ ਵਿੱਚ ਇੱਕ ਇਹ ਆ ਕਿ ਗੰਜਾ ਬਾਂਦਰ ਅਤੇ ਹੁੱਟ ਇਹ ਤਰਾਵੇ ਛਈ ਰਲਾ ਕੇ ਬੇੜੀ 'ਤੇ ਨਹੀਂ ਚੜ੍ਹਦੇ, ਇਹਨਾਂ ਦੇ ਵਿੱਚੋਂ ਇੱਕ ਹੀ ਨੇ ਕਿਨ ਕਸਿਆ ਕਰਦੇ, ਦੋ ਵਿੱਚੋਂ ਕੋਈ ਬਾਹਰ ਲੈਂਦੇ ਨੇ ਇੱਕ ਹੀ ਕਸਿਆ ਕਰਦੇ। ਹੁਣ ਇਹ ਗੱਲ ਕੀ ਹੈ ਬਈ ਇਹ ਤਰਾਵੇ ਇਕੱਠੇ ਕਿਉਂ ਨਹੀਂ ਬਹਿੰਦੇ, ਉਹਦੀ ਵਜ੍ਹਾ ਇਹ ਹੈ ਕਿ ਇਹ ਇੱਕ ਨਾ ਸੋਚੀ ਸਮਝੀ ਗੱਲ ਹੈ, ਇਹ ਸਮਝਿਆ ਬੰਦਾ ਪਰ ਜਿਹੜਾ ਗੰਜਾ ਬੰਦਾ ਹੁੰਦਾ ਉਹ ਸ਼ਰਾਰਤੀ ਹੁੰਦਾ, ਔਰ ਉਹ ਸ਼ਰਾਰਤ ਕਰਨ ਤੋਂ ਬਾਅਦ ਨਹੀਂ ਹੁੰਦਾ, ਉਹ ਬਾਂਦਰ ਦੇ ਨਾਲ ਉਸ ਰਤੀਲਾ ਦੇ ਸੀ ਸ਼ਰਾਰਤ ਕਰ ਸੀ, ਬਾਂਦਰ ਦਰਖ ਮਾਰ ਸੀ ਤਰਪੂ ਸੀ ਲਈ ਸੀ, ਉਹ ਆਪਣਾ ਖਰੂਲ ਕਰ ਸੀ ਗਿਆ, ਅਤੇ ਉਸ ਖਰੂਲ ਤੋਂ ਹੁੱਠ ਜਿਹੜਾ ਹੈ ਉਹ ਪਰੇਸ਼ਾਨ ਹੋ ਕੇ ਉਹਦੇ ਤੋਂ ਡਿਸਟਰਬ ਹੋ ਕੇ ਜੇ ਹੁੱਠ ਪਾਸਾ ਮਰ ਸੀ ਗਿਆ ਤਾਂ ਬੇੜੀ ਪਰਤਾ ਜੀ। ਇਸ ਵਾਸਤੇ ਇਹ ਤਰ੍ਹਾਂ ਚੀਜ਼ ਇਕੱਠੀਆਂ ਨਹੀਂ ਪੈਂਦੀਆਂ, ਅਤੇ ਅਸੀਂ ਗੱਲ ਕਰਨੀ ਆ ਬਸ ਬੇੜੀ ਦਾ ਪੂਰ ਦੂਜੀ ਵਾਰੀ ਨਹੀਂ ਪੈਂਦਾ। ਇਹ ਗੱਲ ਇਹ ਹੁੰਦੀ ਹੈ ਕਿ ਬੇੜੀ 'ਤੇ ਜਿਤਨੇ ਲੋਕ ਚੜ੍ਹਦੇ ਹਨ ਉਹ ਵੱਧ ਉੱਥੋਂ ਜਦੋਂ ਵੱਖਰੇ ਹੁੰਦੇ ਹਨ ਅਤੇ ਮੁੜ ਉਹਨਾਂ ਦੇ ਇਕੱਠੇ ਹੋਣ ਦੀ ਕੋਈ ਸ਼ਕਲ ਨਹੀਂ ਹੁੰਦੀ, ਅਤੇ ਇਹਦੇ 'ਤੇ ਗੱਲ ਹੈ ਕਿ ਬੇੜੀ ਦਾ ਪੂਰ ਭਰਿਆ ਪੈਂਦਾ ਜੀ, ਉਹ ਸਫ਼ਰ ਪਕੜਦੇ ਹਨ, ਪਦ ਪਕੜਦੇ ਹਨ, ਅਗਲੀ ਮਣੀ ਤਾਂ ਵਹਿਣਾ ਨਾ, ਵਿੱਚੋਂ ਇੱਕ ਬੰਦੇ ਦੂਜੇ ਬੰਦੇ ਢਾਡੀ ਜੀ ਗੱਲ ਕੀਤੀ ਉਹਦੀ ਉਸ ਇੱਜ਼ਤ ਵਾਰ ਕਰ ਲਿਆ, ਉਹ ਸੁਣ ਉਹਦੀ ਦਿਉ ਦੇ ਹਵਾਲੇ ਦੇ ਨਾਲ ਕੋਈ ਉਲਾਮਾ ਦੇ ਦਿਓ ਬਈ ਆਹ ਉਹ ਕੋ ਖਬਰ ਸੁਣੀ, ਉਹ ਬੰਦਾ ਪਰੇਸ਼ਾਨ ਹੋ ਗਿਆ। ਇਹ ਗੱਲ ਪੰਜਾਬੀ ਵਸੇਬੇ ਦੇ ਵਿੱਚ ਕਿਸੇ ਵਾਸਤੇ ਬਹੁਤ ਢਾਡੀ ਗੱਲ ਹੁੰਦੀ ਹੈ ਜੀ, ਜਿਹਦੇ ਨਾਲ ਕੋਈ ਇੰਝ ਦੀ ਗੱਲ ਹੋ ਵੰਜੇ ਆਈ ਵੱਧ ਤੋਂ ਬੰਦਿਆਂ ਚਾਹਦਿਆਂ ਗੱਲ ਕਰਨ ਵਾਲਾ ਨਾ ਰਹਿੰਦਾ ਹੀ ਨਾ ਕਰਦਾ ਹੀ, ਉਹ ਬੰਦਾ ਚੁੱਪ ਹੋ ਗਿਆ ਨਿਮਾਣਾ, ਉਸ ਕੋਈ ਗੱਲਬਾਤ ਨਾ ਕੀਤੀ, ਬੇੜੀ ਪਾਰ ਲੱਗ ਗਈ।
बंदे लह गए आपो आप खिंड गए। वह दोवें संघी टुर पे। वह संजय चुप की गई। वो हूँ संघी को नसदा पे कि तू उंजे चुप कर गया मैं तो अंजे कूड़ मरिया ही आ तेरा कलीजा वेख्या ही पर तू इस गलन किवें लेंदा ये गल तो कोई नहीं। वो बंदा तो नहीं हूँ यह गल इंज है उस आख्या मुड़ इंज किवें आ मैं जे कूड़ मरिया ही तो मैं हूँ आता पैसे गल कोई नहीं मुड़ इंज किवें तो उस आख्या यार हूँ ना बेड़ी का पूर भरीना है ना यह गल निखड़नी आ लिहाजा हूँ जी तू ये गल की है मेरे नाले होनी वरत गई है हूँ बंद यही गल कर दे रहा है ये बेड़ी के पूरा की गल है बेड़ी के पूरा तो जी गल हो उस गल न वटाया नहीं जा सकता वह मुख्तलिफ लोगों वेचो इलाकों वेचो वह गल उकड़ी खिंड बीती गई तो दूजी गल जी तरंजण दुड़िया ये वो लफज है जिन साडा वसेबा बिल्कुल भुल गया मैं ये गल आख सकता पर सुनने वाले हो अगर तुम ये गल पुछ लग पवो टुर पवो तो सौ नहीं दो चार पाँच सौ बंदे दे विचों कोई एक बंदा उसी जेड़ा तरंजण दे मुतलक जाता है क्योंकि तरंजण जेड़ा ये साढ़े वसेबे चो चुख पैदा हो गया। तरंजण के आई तरंजण ये आई कि लोगों दियाँ कुआरियाँ कुड़ियाँ चरखा कत्तण दा जदों बड़ा रवाज आई हथिगड़ा थाई खेस सिरांदा लेप तुड़ाई हर शह वो छोरी कत के बनेंदियां तो उदू जड़िया कुआरियां छोरी होंदियां या वत जड़िया मंगियां ही होंदियां उन्हां ते बड़ा भार होंदा है कि उन्हां अपना दाज जड़ा होंदा है वो कतना होंदा है मुड़ा टेरना होंदा है मुड़ बनाउणा होंदा है वो बड़ा वक्त होंदा है तो वो किसा हफ्ते विचो या महीने विचो किसा उस लोकां दे वड्डे रुखत और वड्डा रुख चौखी वारी पिपल या बोड़ होंदी है उन कई वारी टल या किकर भी बड़ा वड्डा खिलर वेंदा है पर चौखी वारी ये काम लोगों में पिपल या बोर्ड कर दिया पिपल या बोर्ड के रुख थले सारे लोगों दियाँ कुड़ियाँ इकट्ठिया हो के आपो अपने चरखा से आपो अपनी पुणियाँ वो उतो लैके आनियाँ तो नाल उन्हें एक दूजे नाल गल्लां करनियाँ नाल उस सारी दिहाड़ अपने चरखा कतना तो वो नाल उन्हें चौखी सौ रुपये हो बनी एक दूजे नाल उन्हें गल्लां भी कर देना वो तो वस्ता ध्यान पतरंजन भी जड़िया कुड़िया आदियाँ दूजी बारी वह तो कदी ना इकट्ठी हुई बिचों कोई ना कोई कसी होंगी है तो यह कहान है कि बेड़ी का पूर तो तरंजन दिया कुड़िया वत इकट्ठिया नहीं होंगे इन ही जड़िया शहीद साढ़े वसेबे देर वरतीनियाँ उन्होंने हवाले देर गल् होंगे हर शहीद के नाल बड़िया ढेर गल् तो ढेर अखाण जुड़े हैं मतलब बाजरा चौकी खाधी जाने वाली जनस आई वो हवाले के नाल बड़िया गलन चक्की वो उद्दे चक्की के हवाले के नाल बड़िया गलन मुड़ हुक्का इस दे हवाले के नाल तो चौखिया गलन ढोल के हवाले के नाल बड़िया ढेर सारिया गलन इंशाला एक एक करके पंजाबी वर्तारे दियाँ जी योजना शहीन उन्होंने हवाले के नाल जे अखाण जी कहावत गिड़िया वो असी करसांगे इंशाला तुसी अगली वीडियो का उड़ीक रखोगे तो पता रखण वास्ते खोज रखण वास्ते बस साड़ी कोई भी नवी वीडियो आवे तो थोड़ा टली खड़क बनजे उस वास्ता चैनल पंजाब वसेब ये अपना च करो सबसक्राइब च करो इस वर्तन बना लो टली वाला बटन मंडो साडा स्नेहा थोड़े ताई अपड़दा रासी अगली वीडियो की उड़ीक रखो रब रखा।